ਪਾਲਿਆ ਕੁੜੀ ਨਹੀਂ ਜਿਵੇਂ ਹੁੰਦਾ ਹੈ ਕਿਸਾਨ ਕੋਲੇ ਕੀ ਲਾ ਗੋਰੀਏ ਆਉਂਦਾ ਮਗੀ ਤਜ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਤੇ ਜਿਹੜਾ ਤੁਸੀਂ ਸਕਰੀਨ ਤੇ ਸਟੇਟਸ ਦੇਖ ਰਹੇ ਹੋ ਜੇਕਰ ਤੁਸੀਂ ਇਦਾਂ ਦਾ ਸਟੇਟਸ ਤਰਕਣਾ ਚਾਹੁੰਦੇ ਹੋ ਤਾਂ ਆਪਣੀ ਵੀਡੀਓ ਨੂੰ ਪੂਰਾ ਦੇਖ ਲਓ ਜੇਕਰ ਆਪਣਾ ਚੈਨਲ ਤੁਹਾਨੂੰ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਦਾਂ ਦਾ ਸਟੇਟਸ ਤਰਕਣ ਲਈ ਅਸੀਂ ਸਭ ਤੋਂ ਪਹਿਲਾਂ ਆਪਣਾ ਕੈਨਵਾਸ ਓਪਨ ਕਰ ਲੈਣਾ ਹੈਗਾ ਕੈਨਵਾਸ ਓਪਨ ਕਰਨ ਤੋਂ ਬਾਅਦ ਆਪਾਂ ਕ੍ਰੀਏਟ ਨਿਊ ਤੇ ਕਲਿੱਕ ਕਰਕੇ ਇੱਕ ਬਣ ਇੱਕ ਦਾ ਆਪਾਂ ਸਾਈਜ਼ ਸਿਲੈਕਟ ਕਰਨ ਤੋਂ ਬਾਅਦ ਅਪਨਾਸ਼ਟ ਕਰ ਦਾਂਗੇ ਇਸ ਤੋਂ ਬਾਅਦ ਆਪਾਂ ਇੱਥੇ ਬਲੈਕ ਬੈਕਗ੍ਰਾਉਂਡ ਆ ਜਿਹੜਾ ਆਪਣਾ ਸਿਲੈਕਟ ਕਰ ਲਾਂਗੇ ਤੇ ਇਸ ਬੈਕਗ੍ਰਾਉਂਡ ਦੀ ਜਿਹੜੀ ਲੇਅਰ ਅੱਗੇ ਤੱਕ ਆਪਾਂ 30 ਸੈਕਿੰਡ ਤੱਕ ਬਧਾ ਦੇਾਂਗੇ ਲੇਅਰ ਬਧਾਉਣ ਤੋਂ ਬਾਅਦ ਆਪਾਂ ਟਿਕ ਦੇ অপਸ਼ਨ ਤੇ ਕਲਿੱਕ ਕਰ ਦੇਾਂਗੇ ਇਸ ਤੋਂ ਬਾਅਦ ਆਪਾਂ ਲੇਅਰ ਮੈਨੂ ਤੇ ਜਾ ਕੇ ਜਿਹੜੀ ਆਪਣੀ ਪੀਐਨਜੀ ਫੋਟੋ ਆ ਆਪਾਂ ਜਿਹੜੀ ਉਹਨੂੰ ਸਿਲੈਕਟ ਕਰ ਲੈਨੇ ਆ ਫੋਟੋ ਸਿਲੈਕਟ ਕਰਨ ਤੋਂ ਬਾਅਦ ਇਦਾਂ ਆਪਾਂ ਫੋਟੋ ਨੂੰ ਸਕਰੀਨ ਤੇ ਸੈੱਟ ਜੀ ਕਰ ਦੇਾਂਗੇ ਇਦਾਂ ਆਪਾਂ ਸੈੱਟ ਕਰ ਦੇਾਂਗੇ ਇਸ ਤੋਂ ਬਾਅਦ ਆਪਾਂ ਫੋਟੋ ਦੀ ਜਿਹੜੀ ਐਡਜਸਟਮੈਂਟ ਆ ਇਦਾਂ ਕਰ ਲੈਣੀ ਹੈ ਇਸ ਤੋਂ ਬਾਅਦ ਅਡਜਸਟਮੈਂਟ ਕਰਨ ਤੋਂ ਬਾਅਦ ਆਪਾਂ ਇਹਦੀ ਲੇਅਰ ਹੈ ਜਿਹੜੀ ਫੁੱਲ ਕਰ ਦਾਂਗੇ ਇਸ ਤੋਂ ਬਾਅਦ ਆਪਾਂ ਟਿਕਦੇ ਆਪਸ਼ਨ ਤੇ ਕਲਿੱਕ ਕਰ ਦਾਂਗੇ ਇਸ ਤੋਂ ਬਾਅਦ ਆਪਾਂ ਲੇਅਰ ਮੈਨੂ ਤੇ ਜਾ ਕੇ ਆਪਣਾ ਜਿਹੜਾ ਅਫੈਕਟ ਹੈਗਾ ਆਪਾਂ ਸੈਲੈਕਟ ਕਰ ਲੈਨੇ ਆ ਅਫੈਕਟ ਸੈਲੈਕਟ ਕਰਨ ਤੋਂ ਬਾਅਦ ਆਪਾਂ ਸਪਲੈਂਡਰ ਸਕਰੀਨ ਜਾਂ ਇਹਨੂੰ ਫੁੱਲ ਸਕਰੀਨ ਕਰ ਲਾਂਗੇ ਫੁੱਲ ਸਕਰੀਨ ਕਰਨ ਤੋਂ ਬਾਅਦ ਆਪਾਂ ਇਹਦੀ ਅਡਜਸਟਮੈਂਟ ਕਰਨ ਦੀ ਲੋੜ ਹੀ ਨਹੀਂ ਆਪਾਂ ਪਹਿਲਾਂ ਹੀ ਕਰਕੇ ਜਿਹੜੀ ਸੈੱਟ ਕੀਤੀ ਆ ਇਸ ਤੋਂ ਬਾਅਦ ਆਪਾਂ 3 ਡਾਟ ਤੇ ਜਾ ਕੇ ਸੈਂਡ ਟੂ ਬੈਕ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਫੋਟੋ ਪਿੱਛੇ ਆਪਣਾ ਅਫੈਕਟ ਹੈ ਜਿਹੜ ਇਸ ਤੋਂ ਬਾਅਦ ਆਪਾਂ ਲੇਰਮੈਂਟ ਤੇ ਜਾ ਕੇ ਜਿਹੜਾ ਆਪਣਾ ਬਾਰਡਰ ਹੈਗਾ ਆਪਾਂ ਸਿਲੈਕਟ ਕਰ ਲਾਂਗੇ ਬਾਰਡਰ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਹਨੂੰ ਸਪੋਸਿਬਲੈਂਡ ਸਕਰੀਨ ਜਾ ਕੇ ਨੂੰ ਫੋਲੋ ਸਕਰੀਨ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਨੀਚੇ ਆ ਕੇ ਬਲੈਂਡਿੰਗ ਤੇ ਜਾ ਕੇ ਇਸ ਨੂੰ ਆਪਾਂ ਸਕਰੀਨ ਕਰ ਲਾਂਗੇ ਸਕਰੀਨ ਕਰਨ ਤੋਂ ਬਾਅਦ ਆਪਾਂ ਦੀ ਲੇਡੀ ਲੇਅਰ ਨੂੰ ਫੁੱਲ ਕਰ ਦੇਾਂਗੇ ਇਸ ਤੋਂ ਬਾਅਦ ਆਪਣਾ ਜਿਹੜਾ ਰੈਡਸ ਸਕਰੀਨ ਵਾਲਾ ਸਟੇਟਸ ਰਹਿ ਗਿਆ ਇੱਥੇ ਤਾਂ ਆਪਾਂ ਉਹਨੂੰ ਸਿਲੈਕਟ ਕਰ ਲੈਨੇ ਆ ਰੈਡਸ ਸਕਰੀਨ ਜਿਹੜੀ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਦਾਂ ਕ੍ਰੋਮਾ ਕੀਤੇ ਜਾ ਕੇ ਇਸ ਨੂੰ ਨੇਵਲ ਕਰ ਲਾਂਗੇ ਨੇਵਲ ਕਰਨ ਤੋਂ ਬਾਅਦ ਆਪਾਂ ਥੋੜੀ ਜੀ ਇਹਦੀ ਐਡਜਸਟਮੈਂਟ ਜਿਹੜੀ ਕਰ ਲਾਂਗੇ ਤਾਂ ਕਿ ਜਿਹੜੇ ਅੱਖਰਾਂ 'ਚ ਤਬਦੀਲੀ ਆ ਜੂਗੀ ਕਲਰ 'ਚ ਇਹ ਤਾਂ ਘਣੇ ਜੇ ਲੱਗਣਗੇ ਇਸ ਤੋਂ ਬਾਅਦ ਜਿੱਥੇ ਤੁਸੀਂ ਇਹਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਸੈੱਟ ਕਰ ਲੈਣਾਗਾ ਇਸ ਤੋਂ ਬਾਅਦ ਆਪਣਾ ਜਿਹੜਾ ਲੋਗੋ ਰਹਿ ਗਿਆ ਲੇਅਰ ਮੀਟ ਤੇ ਜਾ ਕੇ ਜਿਹੜਾ ਆਪਣਾ ਲੋਗੋ ਆ ਸਿਲੈਕਟ ਕਰ ਲੈਨੇ ਆ ਇਹਨਾਂ 'ਚੋਂ ਜਿਹੜਾ ਆਪਾਂ ਇੱਕ ਲੋਗੋ ਸਿਲੈਕਟ ਕਰ ਲੈਨੇ ਆ ਲੋਗ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਦਾਂ ਇਹ ਕਾਰੇ ਦਾ ਛੋਟਾ ਕਰਕੇ ਇੱਥੇ ਕਾਪਾ ਨੂੰ ਸੈੱਟ ਕਰ ਦਿੰਨੇ ਆ ਜਿੱਥੇ ਤੁਸੀਂ ਸੈੱਟ ਕਰਨਾ ਚਾਹੋ ਨੇ ਆਪਣੇ ਹਿਸਾਬ ਨਾਲ ਕਰ ਲੈਣਾਗਾ ਇਸ ਤੋਂ ਬਾਅਦ ਆਪੇ ਦੀ ਜਿਹੜੀ ਲੇਅਰ ਆ ਫੁੱਲ ਕਰ ਦਿੰਗੇ ਜਿਹੜਾ ਆਪਣਾ ਸਟੇਟਸ ਤਿਆਰ ਆ ਤੁਸੀਂ ਇਦਾਂ ਜਿਹੜਾ ਸਟੇਟਸ ਤਿਆਰ ਕਰ ਲੈਣਾਗਾ ਆਪਾਂ ਪਲੇ ਕਰਕੇ ਦੇਖ ਲੈਨੇ ਆ ਕਿਵੇਂ ਦਾ ਲੱਗਦਾਗਾ ਇਦਾਂ ਤੁਸੀਂ ਜਿਹੜਾ ਸਟੇਟਸ ਤਿਆਰ ਕਰ ਲੈਣਾਗਾ ਜੇ ਅੱਜ ਦੀ ਵੀਡੀਓ ਤੁਹਾਨੂੰ ਬੱਧੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਫੈਕਟ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਧ